ਸਤਿ ਸ਼੍ਰੀ ਅਕਾਲ ਜੀ, ਮੈਂ ਗਗਨ, ਕਿੱਦਾਂ ਸਾਰੇ? ਠੀਕ ਠਾਕ ਹੋਵੋਗੇ। ਸੋ ਅੱਜ ਦੀ ਜਿਹੜੀ ਆਪਣੀ ਵੀਡੀਓ ਹੈਗੀ ਹੈ ਜੀ, ਅੱਜ ਤੁਹਾਨੂੰ ਆਪਾਂ ਦਿਖਾਉਣੇ ਹਾਂ ਆਪਣੀ ਨਿਊ ਜੀਪ, ਜੀਪ ਰੈਂਗਲਰ। ਸੋ 2 ਹਫ਼ਤੇ ਪਹਿਲਾਂ ਆਪਾਂ ਜੀਪ ਬਾਏ ਕੀਤੀ ਸੀਗੀ। ਸੋ ਅੱਜ ਤੁਹਾਨੂੰ ਦੱਸਦੇ ਹਾਂ ਵੀ ਕੈਨੇਡਾ ਦੇ ਵਿੱਚ ਜੀਪਾਂ ਦਾ ਕੀ ਪ੍ਰਾਈਜ਼ ਹਨ। ਸੋ ਸਟੂਡੈਂਟ ਨੇ ਜੇ ਲੈਣੀ ਹੋਵੇ ਜਾਂ ਕਿੱਦਾਂ ਵੀ, ਹੈ ਨਾ, ਤਾਂ ਕਿੰਨੀ ਕੁ ਬਾਏ ਵੀਕਲੀ ਬਣਦੀ ਆ, ਕਿੰਨੀ ਅਫੋਰਡ ਕਰਨੀ, ਕਿੰਨੀ ਕੁ ਸੌਖੀ ਹੈ, ਇੰਨੀ ਕੁ ਔਖੀ, ਹੈ ਨਾ। ਸੋ ਉੱਧਰ ਚੈਲੇਂਜਰ ਵੀ ਖੜ੍ਹੀ ਆ ਬਾਈ ਦੀ। ਸੋ ਚਲੰਜਰਾਂ ਅਤੇ ਮਸਟੈਂਗਾਂ ਦੇ ਵੀ ਆਪਣੇ ਆਪਣੇ ਵਾਲਿਆਂ ਨੂੰ ਸ਼ੌਂਕ ਹੁੰਦਾ, ਹੈ ਨਾ। ਆਪਾਂ ਨੂੰ ਚਲੋ ਜੀਪ ਦਾ ਸ਼ੌਂਕ ਸੀ, ਆਪਾਂ ਜੀਪ ਲੈ ਲਈ। ਦਿਖਾਉਂਦੇ ਹਾਂ ਆਪਾਂ ਜੀਪ। ਰਿਵਿਊ ਤਾਂ ਆਪਾਂ ਅਗਲੀ ਵੀਡੀਓ 'ਚ ਕਰਾਂਗੇ, ਪਰ ਤੁਹਾਨੂੰ ਮੈਂ ਇਹ 'ਚ ਦੱਸ ਦਿੰਦਾ ਨਾ, ਵੀਡੀਓ 'ਚ ਦਿਖਾ ਦਿੰਦਾ ਵੀ ਜਿਹੜੀਆਂ ਚੀਜ਼ਾਂ ਜਿਵੇਂ ਐਕਸਟਰਾ ਲੱਗੀਆਂ ਹੋਈਆਂ ਨੇ ਇਹਦੇ ਵਿੱਚ, ਹੈ ਨਾ। ਸੋ ਇੱਕ ਤਾਂ ਜਿੱਦਾਂ ਇਹਦੇ ਵਿੱਚ ਅਲੋਏ ਵੀਲ ਨੇ, ਹੈ ਨਾ, ਵੱਡੇ ਟਾਇਰ ਨੇ। ਸੋ ਇਹਦੇ ਵਿੱਚ 17 ਦੇ ਰਿਮ ਨੇ, ਸ਼ਾਇਦ 37 ਦੇ, 35 ਦੇ ਟਾਇਰ ਨੇ, ਹੈ ਨਾ, 35 ਇੰਚੀ। ਸੋ ਇਹਦੇ ਵਾਸਤੇ ਤੁਹਾਨੂੰ ਲਿਫਟ ਕਰਾਉਣੀ ਪੈਂਦੀ ਆ ਜੀਪ, ਜਿੱਦਾਂ ਨੋਰਮਲ ਜੀਪ ਜਿਹੜੀ ਡੀਲਰਸ਼ਿਪ 'ਚ ਆਉਂਦੀ ਆ ਉਹਦੇ ਵਿੱਚ ਪਾਉਣੇ ਆ ਤੁਸੀਂ, ਇਹ ਟਾਇਰ ਨਹੀਂ ਪੈਂਦੇ। ਸੋ ਤੁਹਾਨੂੰ ਥੋੜ੍ਹੀ ਲਿਫਟ ਕਰਾਉਣੀ ਪਊਗੀ, 2.5 ਹੋਈ ਵੀ ਆਈ ਥਿੰਕ ਇਹ। ਸੋ ਫਿਰ ਜਾ ਕੇ ਇਹ ਟਾਇਰ ਪੈਂਦੇ ਨੇ, ਹੈ ਨਾ। ਅਤੇ ਇੱਕ ਦੇ ਵਿੱਚ ਉਹ ਗ੍ਰਿਲ ਜਿਹੜੀ ਲੱਗੀ ਹੋਈ ਆ ਬਲੈਕ, ਤੁਹਾਨੂੰ ਦਿਖਦੀ ਆ ਪੈਰ ਵਾਲੀ, ਹੈ ਨਾ, ਪੈਰ ਰੱਖਣ ਵਾਲੀ, ਉਹ ਲੱਗੀ ਹੋਈ ਆ ਐਕਸਟਰਾ। ਜਿਹੜੇ ਫੀਚਰ ਨੇ ਜਿਹੜੇ ਤੁਹਾਨੂੰ, ਹੈ ਨਾ, ਮਤਲਬ ਡੀਲਰਸ਼ਿਪ ਤੋਂ ਜੇ ਤੁਸੀਂ ਐਡ ਕਰਵਾਉਂਦੇ ਆ ਤਾਂ ਉਹਨਾਂ ਦੇ ਪੈਸੇ ਦੇਣੇ ਪੈਂਦੇ ਨੇ ਐਕਸਟਰਾ, ਹੈ ਨਾ। ਤਾਂ ਉਹ ਫੀਚਰ ਕਿਹੜੇ ਕਿਹੜੇ ਨੇ, ਜਿੱਦਾਂ, ਹੈ ਨਾ, ਉਹ ਜਿਵੇਂ ਸਭ ਤੋਂ ਪਹਿਲਾਂ ਤਾਂ ਆ ਜਾਂਦੀਆਂ ਜੀ ਇਹਦੀਆਂ ਲਾਈਟਾਂ। ਸੋ ਇਹਦੇ ਵਿੱਚ 2 ਲਾਈਟਾਂ ਹੁੰਦੀਆਂ ਨੇ, ਜਸਟ ਜਿਹੜੀ ਨੋਰਮਲ ਤੁਹਾਨੂੰ ਮਿਲੂਗੀ ਉਹ ਨੋਰਮਲ ਲਾਈਟਾਂ ਹੁੰਦੀਆਂ ਨੇ। ਜੇ ਤੁਸੀਂ LED ਲੈਣੀਆਂ ਨੇ ਤਾਂ ਉਹਦੇ $1800 ਤੋਂ $1900 ਤੁਹਾਨੂੰ ਐਕਸਟਰਾ ਦੇਣੇ ਪੈਂਦੇ ਆ, ਹੈ ਨਾ। ਸੋ ਇਹ ਤੁਹਾਨੂੰ ਐਕਸਟਰਾ ਦੇਣੇ ਪੈਣੇ ਜੇ ਤੁਸੀਂ LED ਲਾਈਟਾਂ ਲੈਣੀਆਂ ਨੇ। ਉਸ ਤੋਂ ਬਾਅਦ ਆਉਂਦਾ ਇਹਦਾ ਹਾਰਡ ਟੋਪ। ਜੇ ਤੁਸੀਂ ਹਾਰਡ ਟੋਪ ਦੇ ਸੋਫਟ ਟੋਪ ਦੋਨੇ ਲੈਣੇ ਆ ਤਾਂ ਤੁਹਾਨੂੰ ਆਈ ਥਿੰਕ $2000 ਐਕਸਟਰਾ ਦੇਣਾ ਪੈਂਦਾ, ਹੈ ਨਾ। ਉਹਦੇ ਵਿੱਚ ਤੁਹਾਨੂੰ ਸੋਫਟ ਟੋਪ ਵੀ ਮਿਲੋ, ਆਪਣੇ ਨਾਲ ਸੋਫਟ ਟੋਪ ਹੈਗਾ। ਇੱਕ ਹੋਰ ਚੀਜ਼, ਜੇ ਤੁਸੀਂ ਜਿਵੇਂ ਮੰਨ ਲਓ ਇਹਦਾ ਹਾਰਡ ਟੋਪ ਸਾਰਾ ਇਹ ਲੈਂਦਾ ਹੁੰਦਾ, ਇਹ ਕਾਲਾ ਗਾ ਜਿਵੇਂ, ਹੈ ਨਾ, ਜੇ ਤੁਸੀਂ ਸੇਮ ਕਲਰ ਦਾ ਲੈਣਾ ਵਾਈਟ, ਜੇ ਰੈੱਡ ਦਾ ਰੈੱਡ ਲੈਣਾ, ਨੀਲੇ ਜਿਵੇਂ ਜੀ ਵਾਈਟ ਲੈਣਾ ਹੁੰਦਾ ਤਾਂ ਉਹਦਾ $1800 ਹੋਰ ਐਕਸਟਰਾ ਦੇਣਾ ਪੈਂਦਾ ਆਪਾਂ ਨੂੰ, ਜੇ ਤੁਸੀਂ ਇਹ ਫੀਚਰ ਵੀ ਲੈਣਾ, ਹੈ ਨਾ। ਬਾਕੀ ਹੋਰ ਫੀਚਰ ਜਿਹੜੇ ਐਸਟੀ ਆਉਂਦੇ ਆ, ਸੋ ਬਾਕੀ ਤੁਹਾਨੂੰ ਅੰਦਰੋਂ ਦਿਖਾ ਦਈਏ। ਅੰਦਰੋਂ ਵਿੱਚ ਇੰਟੀਰੀਅਰ ਦੇ ਵਿੱਚ, ਹੈ ਨਾ, ਸਾਰਾ ਕੁਛ ਇੱਦਾਂ ਹੀ ਆ ਜਾਂਦਾ। ਜੇ ਤੁਸੀਂ ਆ ਲੈਦਰ ਸੀਟਸ ਲੈਣੀਆਂ ਨੇ, ਹੈ ਨਾ, ਜਿਵੇਂ ਇਹਦੀਆਂ ਲੈਦਰ ਨੇ, ਤਾਂ ਇਹਦੇ ਤੁਹਾਨੂੰ ਹੋਰ ਆਈ ਥਿੰਕ $1700-1800 ਦੇ ਪ੍ਰਾਈਜ਼, ਮਤਲਬ ਨਹੀਂ $2000 ਸ਼ਾਇਦ ਉਹਦਾ ਐਕਸਟਰਾ ਦੇਣਾ ਪੈਂਦਾ, ਹੈ ਨਾ, ਲੈਦਰ ਸੀਟਸ ਦਾ। ਇਹਦੇ ਵਿੱਚ ਨੋਰਮਲ ਕੱਪੜੇ ਵਾਲੀਆਂ ਸੀਟਾਂ ਆਉਂਦੀਆਂ ਨੇ ਜੇ ਤੁਸੀਂ ਲੈਣੀਆਂ, ਹੈ ਨਾ। ਸੋ ਇੱਕ ਸਕਰੀਨ ਇਹਦੇ ਵਿੱਚ ਜਿਵੇਂ ਅਨਲਿਮਿਟਡ ਦੇ ਵਿੱਚ ਜਾਂ ਰੂਬੀਕੌਨ ਦੇ ਵਿੱਚ ਤਾਂ ਵੱਡੀ ਆਉਂਦੀ ਹੈ ਜਿਹੜੀ ਇਹਦੇ ਵਿੱਚ, ਉੱਦਾਂ ਇਹਦੇ ਵਿੱਚ 7.1 ਆਉਂਦੀ ਆ। ਜੇ ਸਪੋਰਟਸ ਜਾਂ ਦੂਜੀ ਲੈਣੀ ਆ ਤਾਂ ਉਹਦੇ ਵਿੱਚ ਜੇ ਤੁਸੀਂ ਐਡ ਕਰਾਉਣੀ ਆ ਤਾਂ ਤੁਹਾਨੂੰ ਇਹਦੇ ਮਤਲਬ $1000 ਆ ਸ਼ਾਇਦ ਉਹ ਇਹਦਾ ਐਕਸਟਰਾ ਦੇਣਾ ਪੈਂਦਾ, ਠੀਕ ਆ। ਅਤੇ ਸੋ ਇਹੀ ਕਾਫੀ ਰੀਜ਼ਨ ਸੀਗੇ ਵੀ ਫੀਚਰਾਂ ਦਾ ਕਰਕੇ ਆਪਾਂ 2020 ਮਾਡਲ ਲਈ, ਅਦਰਵਾਈਜ਼ ਜੇ ਆਪਾਂ ਨਵੀਂ ਲੈਂਦੇ ਹਾਂ ਤਾਂ ਉਦੋਂ ਵੇਟਿੰਗ ਟਾਈਮ 1 ਸਾਲ ਦਾ ਤਕਰੀਬਨ, ਹੈ ਨਾ, ਜੇ ਤੁਸੀਂ ਸਾਰੇ ਫੀਚਰ ਐਡ ਕਰਾਓਗੇ ਆਪਦੀ ਬਿਲਟ ਕਰਾਉਣੀ, ਹੈ ਨਾ। ਸੋ ਹੋਰ ਤੁਹਾਨੂੰ ਦਿਖਾ ਦਿੰਦੇ ਹਾਂ ਪਿੱਛੋਂ, ਇੱਕ ਆ ਕੋਲਡ ਵੈਦਰ ਗਰੁੱਪ ਕਹਿੰਦੇ ਆ ਨਾ ਇਹਦੇ ਵਿੱਚ, ਜਿੱਦਾਂ ਇਹਦੇ ਵਿੱਚ ਪਿੱਛੇ ਵੀ ਇੱਥੇ ਵੈਂਟ ਲੱਗੇ ਹੋਏ ਨੇ, ਹੈ ਨਾ, ਅਤੇ ਚਾਰਜਿੰਗ ਚੂਰਜਿੰਗ ਸਪੋਟ ਨੇ, AC ਦਾ ਵੀ, ਇਹਦੇ ਕੋਲਡ ਵੈਦਰ ਸਾਰਾ ਕੁਛ, ਹੈ ਨਾ, ਕੋਲਡ AC ਅਤੇ ਹੀਟਿੰਗ ਵਾਲਾ ਸਾਰਾ, ਹੈ ਨਾ। ਸੋ ਇਹ ਲੈਣਾ ਤੁਸੀਂ ਇਹਦਾ ਵੀ $1700-1800 ਐਕਸਟਰਾ ਹੋਰ ਪੈਂਦਾ ਹੈਗਾ, ਅਦਰਵਾਈਜ਼ ਇਹ ਨਹੀਂ ਆਉਂਦਾ, ਹੈ ਨਾ। ਸੋ ਇਹ ਫੀਚਰ ਬਾਅਦ 'ਚੋਂ ਐਡ ਨਹੀਂ ਹੁੰਦੇ, ਸੋ ਜਦੋਂ ਤੁਸੀਂ ਲੈਣੀ ਆ ਤਾਂ ਇਹ ਫੀਚਰ ਜ਼ਰੂਰ ਲਵੇ ਬੰਦਾ। ਸੋ ਪਿੱਛੇ ਇਹਦੇ ਸਪੇਸ ਆ ਜਾਂਦੀ ਆ। ਹੋਰ ਜਿਹੜਾ ਹਾਰਡ ਟੋਪ ਹੁੰਦਾ ਉਹ ਵੀ ਦਿਖਾ ਦਿੰਦਾ ਤੁਹਾਨੂੰ। ਸੋ ਹਾਰਡ ਟੋਪ ਆ 2 ਪੀਸ ਹੁੰਦੇ ਨੇ, ਇਹ ਲੈ ਜਾਂਦੇ ਨੇ, ਇੱਥੋਂ ਸਨ ਰੂਫ ਬਣ ਜਾਂਦਾ। ਜੇ ਤੁਸੀਂ ਪਿਛਲਾ ਲਾਉਣਾ, ਹੈ ਨਾ, ਜਿਵੇਂ ਆਪਣੀ ਇੰਡੀਆ 'ਚ ਲੰਡੀਆਂ ਜੀਪਾਂ ਆਉਂਦੀਆਂ ਨੇ ਤਾਂ ਉਹ ਸਾਰਾ ਇੱਥੋਂ ਪਿਛਲਾ ਲੈ ਜਾਂਦਾ। ਸੋਫਟ ਟੋਪ ਲਾਉਣਾ ਉਹ ਲਾ ਲਓ, ਨਹੀਂ ਇਹਨੂੰ ਲਾ ਕੇ ਰੱਖਣਾ, ਇੱਦਾਂ ਲਾ ਕੇ ਵੀ ਤੁਸੀਂ ਚਲਾ ਸਕਦੇ ਹੋ, ਠੀਕ ਆ। ਸੋ ਇੱਦਾਂ ਹੁੰਦਾ। ਹੁਣ ਵਾਲੇ ਮਾਡਲਾਂ 'ਚ ਵਿੱਚ ਕੀ ਆਉਂਦਾ, ਆਟੋਮੈਟਿਕ ਸਨ ਰੂਫ ਵੀ ਆਉਂਦਾ, ਬਟਨ ਨਾਲ ਸਵਿੱਚ ਨਾਲ ਹੀ ਪਿੱਛੇ ਚੱਲ ਜਾਂਦਾ, ਹੈ ਨਾ। ਬਟ ਉਹਨੂੰ ਤੁਸੀਂ ਜ਼ਿਆਦਾ ਹਾਈਵੇ ਦੇ ਉੱਤੇ ਡਰਾਈਵ ਨਹੀਂ ਕਰ ਸਕਦੇ, ਹੈ ਨਾ, ਇੱਦਾਂ। ਸੋ ਉੱਥੋਂ 40 ਦੀ ਪਤਾ ਨਹੀਂ ਕਿੰਨੇ ਕੁ ਦੀ ਸਪੀਡ ਤੱਕ ਹੀ ਤੁਸੀਂ ਡਰਾਈਵ ਕਰ ਸਕਦੇ ਹੋ। ਬਾਕੀ ਇਲੈਕਟ੍ਰੋਨਿਕ ਵੀ ਆਉਂਦੀਆਂ ਨੇ ਇਹਦੇ ਵਿੱਚ, ਹੈ ਨਾ। ਸੋ ਆਪਾਂ ਹੋਰ ਕਿਸੇ ਵੀਡੀਓ 'ਚ ਦਿਖਾਵਾਂਗੇ। ਹੁਣ ਗੱਲ ਕਰਦੇ ਹਾਂ ਆਪਾਂ ਵੀ ਇਹਦੀ ਪੇਮੈਂਟਾਂ ਕਿੰਨੀਆਂ ਕੁ ਬਣਦੀਆਂ ਨੇ, ਕੀ ਕੀਮਤ, ਹੈ ਨਾ, ਰੈਂਗਲਰ ਦੀ ਇੱਥੇ। ਸੋ ਇਹ ਫੀਚਰ ਤੁਹਾਨੂੰ ਮੈਂ ਤਾਂ ਦਿਖਾ ਰਿਹਾ ਸੀ ਵੀ ਜਿਹੜੇ ਫੀਚਰ ਨੇ, ਜਿਵੇਂ LED ਲਾਈਟਸ ਹੋ ਗਈਆਂ, ਇਹਦਾ ਹਾਰਡ ਟੋਪ ਹੋ ਗਿਆ, ਕੋਲਡ ਵੈਦਰ ਗਰੁੱਪ ਹੋ ਗਿਆ, ਹੈ ਨਾ, ਅਤੇ ਆਪਣਾ ਜਿਹੜਾ ਤੁਸੀਂ ਕਲਰਡ ਹਾਰਡ ਟੋਪ ਲੈਣਾ, ਹੈ ਨਾ, ਜਾਂ ਲੈਦਰ ਸੀਟਸ ਲੈਣੀਆਂ ਨੇ, ਵੀ ਇਹ ਜਿਹੜੀਆਂ ਚੀਜ਼ਾਂ ਨੇ ਤੁਹਾਨੂੰ ਡੀਲਰਸ਼ਿਪ ਤੋਂ ਜੇ ਤੁਸੀਂ ਲੈਣੀਆਂ ਨੇ, ਹੈ ਨਾ, ਤਾਂ ਤੁਹਾਨੂੰ ਇਹਦੇ ਐਕਸਟਰਾ ਪੈਸੇ ਦੇਣੇ ਪੈਣਗੇ। ਸੋ ਇਹ ਬਿਲਟ ਹੋਈਆਂ ਵੀ ਆਉਂਦੀਆਂ ਗੱਡੀਆਂ ਫੈਕਟਰੀ ਦੇ ਵਿੱਚ, ਹੈ ਨਾ, ਇਹ ਫੀਚਰ ਜਿਹੜੇ ਜਿਹੜੇ ਵੀ ਹੁੰਦੇ ਨੇ। ਸੋ ਉਸ ਹਿਸਾਬ ਦੇ ਨਾਲ
ਜੇ ਤਾਂ ਉਹ ਡੀਲਰਸ਼ਿਪ ਤੇ ਖੜੀ ਆ ਤਾਂ ਤੁਹਾਨੂੰ ਮਿਲ ਜੂਗੀ ਹਨਾ, ਉਹ ਫੀਚਰਾਂ ਦੇ ਪੈਸੇ ਤੁਹਾਨੂੰ ਦੱਸ ਦੇਣਗੇ ਵੀ ਇੰਨੇ ਇੰਨੇ ਆਹ ਫੀਚਰ ਐਕਸਟਰਾ ਇਹਦੇ ਵਿੱਚ ਨੇ ਤੇ ਇਹਦੇ ਪੈਸੇ ਇੰਨੇ ਲੱਗਣਗੇ ਹਨਾ। ਜੇ ਉਹ ਨਹੀਂ ਹੈਗੀ ਤੁਸੀਂ ਇਹ ਫੀਚਰ ਲੈਣੇ ਨੇ ਹਨਾ, ਸਪੋਜ਼ ਕਰੋ ਤਾਂ ਤੁਹਾਨੂੰ ਫੈਕਟਰੀ ਬਿਲਟ ਮਾਡਲ ਕਰਾਉਣਾ ਪੈਣਾ ਹਨਾ, ਫੈਕਟਰੀ ਤੋਂ ਬਿਲਟ ਕਰਾਉਣੀ ਪੈਣੀ ਆ, ਤਾਂ ਉਹਦੇ 'ਤੇ 8 ਤੋਂ 1 ਮਹੀਨੇ ਅਤੇ ਸਾਲ ਦਾ ਵੇਟਿੰਗ ਟਾਈਮ ਹੋਣਾ ਇਸ ਟਾਈਮ ਵੀ। ਸਪੋਜ਼ ਕਰੋ ਤੁਹਾਨੂੰ ਆਹ ਫੀਚਰ ਚਾਹੀਦੇ ਨੇ ਹਨਾ, ਹੋਰ ਵੀ ਕਈ ਫੀਚਰ ਬਹੁਤ ਜ਼ਿਆਦਾ ਹੁੰਦੇ ਨੇ ਹਨਾ, ਚਾਹੇ ਤਾਂ ਕਿੰਨੇ ਮਰਜ਼ੀ ਫੀਚਰ ਪਾ ਕੇ ਕਿੰਨੀ ਮਰਜ਼ੀ ਮਹਿੰਗੀ ਬਣਵਾ ਲਓ ਹਨਾ, ਬਟ ਇਹ ਫੀਚਰ ਆ ਜਿਹੜੇ ਜ਼ਰੂਰੀ ਨੇ ਹਨਾ, ਸਪੈਸ਼ਲੀ ਲੈਦਰ ਸੀਟਸ। ਸੋ ਕੱਪੜੇ ਵਾਲੀਆਂ ਸੀਟਸ ਤੁਹਾਨੂੰ ਪਤਾ ਕੁਛ ਡੁੱਲ ਗਿਆ ਜਾਂ ਹੋ ਗਿਆ, ਸੋ ਖਤਮ ਆ ਉਹ ਕੰਮ ਹਨਾ। ਸੋ ਇਹ ਲੈਦਰ ਸੀਟਸ ਤਾਂ ਬੰਦਾ ਜ਼ਰੂਰ ਲਵੇ ਅਤੇ LED ਵੀ ਜ਼ਰੂਰ ਲਵੇ ਹਨਾ। ਚਲੋ ਜੇ ਕਿਸੇ ਨੇ ਬਦਲਾਉਣੀਆਂ ਨੇ ਰੰਗ ਬਰੰਗੀਆਂ ਪਵਾ ਲੈਂਦੇ ਆ, ਫਿਰ ਚਲੋ ਉਹਦੇ ਨਾਲ ਵੀ ਕੰਪਰੋਮਾਈਜ਼ ਹੋ ਜਾਂਦਾ। ਬਾਕੀ ਸਕਰੀਨ ਵਾਲਾ ਜੇ ਸਪੋਰਟਸ ਜਾਂ ਦੂਜੀ ਲੈਣੀ ਆ ਤੁਸੀਂ ਇਹ ਵੱਡੀ ਜ਼ਰੂਰ ਲਓ ਹਨਾ। ਸੋ ਇਹ ਫੀਚਰ ਜ਼ਰੂਰੀ ਨੇ ਹਨਾ। ਸੋ ਇਸ ਚੀਜ਼ 'ਤੇ ਤੁਹਾਡਾ ਪ੍ਰਾਈਜ਼ ਡਿਪੈਂਡ ਕਰਨਾ ਹਨਾ, ਤਾਂ ਹੀ ਮੈਂ ਤੁਹਾਨੂੰ ਪਹਿਲਾਂ ਦੱਸ ਰਿਹਾ ਸੀ। ਸੋ ਜਿਵੇਂ ਆਪਾਂ ਲਈ ਇਹ 2020 ਮਾਡਲ, ਤਾਂ ਹੀ ਆਪਾਂ ਨੂੰ ਕਲਰ ਨਾਲ ਵੀ ਕੰਪਰੋਮਾਈਜ਼ ਕਰਨਾ ਪੈ ਗਿਆ। ਮੈਂ ਕਾਲੀ ਲੈਣੀ ਸੀਗੀ ਹਨਾ, ਬਟ ਇਹਦੇ ਵਿੱਚ ਸਾਰੇ ਫੀਚਰ ਹੋਣ ਕਰਕੇ, ਬਾਕੀ ਅਲੋਏ ਪਏ ਹੋਏ ਸੀਗੇ ਇਹਦੇ ਵਿੱਚ, ਫਿਊਲ ਦੇ ਹਨਾ ਵੀਲ ਪਏ ਹੋਏ ਆ, ਬਹੁਤ ਵਧੀਆ ਕੰਪਨੀਆਂ ਹਨਾ ਟੋਪ ਦੀਆਂ। ਸੋ ਉਹਦੇ ਵੀਲ ਪਏ ਹੋਏ ਨੇ, ਵੱਡੇ ਟਾਇਰ ਪਏ ਹੋਏ ਨੇ, ਸੋ ਤਾਂ ਕਰਕੇ ਫਿਰ ਆਪਾਂ ਲੈ ਲਈਏ। ਆਪਾਂ ਨੂੰ ਇਹ ਤਕਰੀਬਨ 65,000 ਦੇ ਵਿੱਚ ਪੈ ਜਾਣੀ ਹੈ ਹਨਾ। ਸੋ ਵਿਦਆਊਟ ਟੈਕਸਿਸ ਐਨੀਥਿੰਗ ਅਤੇ ਸਾਰੀ ਹੋਈ ਵੀ ਹਨਾ। ਸੋ ਜੇ ਨਵੀਂ ਦਾ ਆਪਾਂ ਗੱਲ ਕਰੀਏ, ਨਵੀਂ ਦਾ ਵੀ ਇੰਨਾ ਹੀ ਪ੍ਰਾਈਜ਼ ਹੈ। ਤੁਸੀਂ ਜਿਵੇਂ ਹੁਣ 20,000 ਚੱਲੀ ਹੋਈ ਆ ਹਨਾ, ਜੇ ਤੁਸੀਂ ਨਵੀਂ 0 ਕਿਲੋਮੀਟਰ ਵੀ ਲੈਣੀ ਆ, ਤੁਸੀਂ ਜਿਹੜੇ ਜਿਹੜੇ ਫੀਚਰ ਦੱਸੇ ਆ ਸਾਰੇ ਲੈਣੇ ਆ ਹਨਾ ਉਹਦੇ ਵਿੱਚ, ਚਾਹੇ ਅਨਲਿਮਿਟਡ ਲੈ ਲਓ ਸਹਾਰਾ, ਰੂਬੀਕੋਨ 2-3,000 ਸਸਤੀ ਆ ਇੱਦੋਂ, $3,000 ਆਈ ਥਿੰਕ। ਸੋ ਸਹਾਰਾ ਅਨਲਿਮਿਟਡ ਲੈਣੀ ਆ ਜੇ ਤੁਸੀਂ, ਸੋ ਉਹਦੇ ਵਿੱਚ ਆਹ ਫੀਚਰ ਲੈਣੇ ਆ ਤਾਂ ਤੁਹਾਨੂੰ ਵੀ $65,000 ਦੀ ਪੈਣੀ ਆ, $60,000-65,000 ਦੀ ਬਿਨਾਂ ਫੀਚਰ ਬਿਨਾਂ ਟੈਕਸਿਸ ਤੋਂ ਹਨਾ। ਸੋ ਉਹਦੇ ਵਿੱਚ ਕੋਈ ਅਲੋਏ ਨਹੀਂ ਹੋਣੇ, ਉਹਦੇ ਵਿੱਚ ਕੋਈ ਟਾਇਰ ਨਹੀਂ ਹੋਣੇ ਵੱਡੇ ਨੋਰਮਲ ਟਾਇਰਾਂ ਦੇ ਨਾਲ ਹਨਾ। ਸੋ ਇਹ ਟਾਇਰਾਂ ਦਾ ਖਰਚਾ ਤੁਹਾਨੂੰ ਦੱਸਿਆ ਵੀ ਅਲੱਗ ਆ, $5,000-10,000 ਤੁਸੀਂ ਆਪਦੇ ਅਲੋਏ ਵੀਲ ਪਵਾਉਣੇ ਨੇ ਜਿਹੜੇ ਆਪਣੇ ਚੱਲਦੇ ਨੇ ਨੋਰਮਲੀ ਹਨਾ, ਜਾਂ ਵੱਡੇ ਟਾਇਰ ਪਾਉਣੇ ਨੇ, ਲਿਫਟ ਵੀ ਕਰਾਉਣੀ ਪੈਣੀ ਆ। ਰੂਬੀਕੋਨ ਆਈ ਥਿੰਕ ਜੇ ਤੁਸੀਂ ਛੋਟੇ ਪਾਉਣੇ ਤਾਂ ਲਿਫਟ ਦੀ ਲੋੜ ਨਹੀਂ ਹੁੰਦੀ, ਪਰ ਉੱਦਾਂ ਫਿਰ ਸੋਹਣੀ ਨਹੀਂ ਲੱਗਦੀ ਹਨਾ। ਸੋ ਇਹ ਚੀਜ਼ਾਂ ਨਾਲ ਉਹ 10,000 ਤੁਸੀਂ ਐਕਸਟਰਾ ਮੰਨ ਕੇ ਚੱਲੋ। ਸੋ ਇਸ ਤਰ੍ਹਾਂ ਨਾਲ ਵੀ ਤੁਹਾਨੂੰ ਜੇ ਤੁਸੀਂ ਸਾਰੇ ਫੀਚਰ ਮਿਲਦੇ ਨੇ 1-2 ਸਾਲ ਪੁਰਾਣੀ ਲੈਣ ਦੇ ਵਿੱਚ ਫਾਇਦਾ ਹਨਾ। ਨਵੀਂ ਦੇ ਵਿੱਚ ਟੈਕਸ ਵੀ ਜਿਹੜਾ 13% ਦਾ ਲੱਗਣੇ ਲੱਗਣਾ, ਹੋਰ ਕਾਫੀ ਉਹਨਾਂ ਦੇ ਫਰੇਟ ਟੈਕਸ ਹੋ ਗਿਆ, ਹੋਰ ਕਾਫੀ ਤਰ੍ਹਾਂ ਦੇ ਲਟਰਮ ਪਟਰਮ, ਇੱਕ ਫਰੇਟ ਟੈਕਸ ਆ ਜਾਂਦਾ, ਇੱਕ ਹੋਰ ਪ੍ਰੋਵਿੰਸ ਦੇ ਟੈਕਸ ਆ ਜਾਂਦੇ, ਹੋਰ ਕਾਫੀ ਹਨਾ। ਤਾਂ ਕੁੱਲ ਮਿਲਾ ਕੇ ਜਿਹੜਾ ਤੁਸੀਂ ਤੁਹਾਨੂੰ 13% 8-9,000 ਲੱਗਣਾ, ਉੱਥੇ 13-14,000 ਜਾਂ 16-17,000 ਤਕਰੀਬਨ ਲੱਗਦਾ ਸਾਰਾ ਟੈਕਸ ਉਹ। ਸੋ ਜੇ ਤੁਹਾਡੀ 65,000 ਦੀ ਗੱਡੀ ਆ ਤਾਂ ਤੁਹਾਨੂੰ 15,000 ਉਹ ਮੰਨ ਕੇ ਚੱਲੋ, 70-80 'ਚ ਪੈ ਜਾਣੀ ਆ ਉਹ, ਠੀਕ ਆ, 80 'ਚ ਪੈ ਗਏ। ਫਿਰ ਉਸ ਤੋਂ ਬਾਅਦ ਜੇ ਤੁਹਾਡਾ 6-7 ਸਾਲ ਦਾ ਲੋਨ ਹੋਣਾ ਤਾਂ ਤੁਹਾਨੂੰ ਤਕਰੀਬਨ ਇੰਟਰਸਟ ਤੁਹਾਡੇ ਕ੍ਰੈਡਿਟ 'ਤੇ ਡਿਪੈਂਡ ਕਰਦਾ 5.99, 6.9, 4-5 ਦਾ ਲੱਗ ਸਕਦਾ ਨਾ, 5.99 ਲੱਗਦਾ ਜ਼ਿਆਦਾਤਰ, ਠੀਕ ਆ, ਆਪਣਾ ਇੰਨਾ ਕ੍ਰੈਡਿਟ ਹੁੰਦਾ ਨਹੀਂ, ਅਤੇ ਕਹਿ ਦਿੰਦੇ ਆ ਸਟੈਂਡਰਡ ਰੇਟ ਨਵੀਂ ਦੇ 3.99 ਆ, ਬਟ 5.99 ਹੀ ਲਾਉਂਦੇ ਆ। ਸੋ ਉਹਦਾ ਤਕਰੀਬਨ 10-15,000 ਉਹਦਾ ਵਿਆਜ ਦਾ ਮੰਨ ਕੇ ਤੁਹਾਨੂੰ 1,00,000 ਦੀ ਪੈ ਜਾਣੀ ਆ ਟੋਟਲ ਹਨਾ, ਅਤੇ ਵੀਲ ਵੂਲ ਉਹ ਅੱਡ ਰਹਿ ਗਿਆ। ਜਿਵੇਂ ਹੁਣ ਇਹ ਆਪਾਂ ਲਈ ਆ 65,000 ਦੀ ਹਨਾ, 60-65,000 ਦੀ ਪੈ ਗਈ ਆਪਾਂ ਨੂੰ, ਸਾਰਾ ਕੁਛ ਹੋਇਆ ਵਿਆ ਇਹਦੇ ਵਿੱਚ, ਠੀਕ ਆ। ਉਸ ਤੋਂ ਬਾਅਦ ਇਹ 13% ਟੈਕਸ ਲੱਗਿਆ, ਉਹ $8-9,000 ਉਹ ਬਣ ਜਾਂਦਾ, 70-75 ਹੋ ਗਿਆ। ਉਸ ਤੋਂ ਬਾਅਦ ਤੁਸੀਂ ਇੰਟਰਸਟ ਲਾ ਲਓ 5.9, 6.99 ਜਿੰਨਾ ਵੀ ਲੱਗਦਾ ਹਨਾ। ਸੋ ਇੰਟਰਸਟ ਪਾ ਕੇ ਆਪਾਂ ਨੂੰ ਇਹ ਤਕਰੀਬਨ ਜੀਪ ਆ ਜਿਹੜੀ ਤੁਹਾਡੀ $85,000-90,000 ਦੇ ਵਿੱਚ ਪੈ ਜੂਗੀ, ਠੀਕ ਆ। ਅਤੇ ਇਹਦੀ ਬਾਏ ਵੀਕਲੀ ਤੁਹਾਨੂੰ ਡਾਊਨ ਵੀ ਮਾਰਨੀ ਪੈ ਸਕਦੀ ਹੈ, ਪੇਮੈਂਟ ਡਾਊਨ ਪੇਮੈਂਟ ਉਹਦੇ ਡਿਪੈਂਡ ਕਰਦੀ ਹੈ ਹਨਾ, ਲੋਨ ਕਿੰਨੇ ਚਿਰ ਦਾ, 6-7 ਸਾਲ ਦਾ ਲੋਨ, ਤਾਂ ਤੁਹਾਡੀ $450 ਤੋਂ ਲੈ ਕੇ $500 ਦੇ ਵਿੱਚ 500 ਦੇ ਉੱਤੇ ਵੀ ਜਾ ਸਕਦੀ ਹੈ ਨਾ, ਤਾਂ ਤੁਹਾਡੀ ਬਾਏ ਵੀਕਲੀ ਜੀਪ ਰੈਂਗਲਰ ਦੀ ਬਣੂਗੀ। ਉਹੀ ਆਪਾਂ ਚਲੰਜਰ ਦੀ ਗੱਲ ਕਰੀਏ ਜਾਂ ਮਸਟੈਂਗ ਦੀ ਗੱਲ ਕਰੀਏ, ਤਾਂ ਉਹਨਾਂ ਦਾ ਲੋਨ 40,000-50,000 ਦੇ ਤਕਰੀਬਨ ਬਣ ਜਾਂਦਾ ਹਨਾ। ਸੋ ਬਾਕੀ ਆਪਣੀ ਆਪਣੀ ਚੋਇਸ ਆ ਹਨਾ, ਉਹਦਾ ਇੱਦਾਂ ਵੀ ਤੁਸੀਂ ਸਨੋਅ ਦੇ ਵਿੱਚ ਨਹੀਂ ਡਰਾਈਵ ਕਰ ਸਕਦੇ ਹਨਾ, ਰੇਅਰ ਵੀਲ ਦਾ ਬਹੁਤ ਔਖਾ ਹੋ ਜਾਂਦਾ ਸਨੋਅ ਦੇ ਵਿੱਚ, ਦੂਜੋਂ ਵੀ ਕੰਫਰਟ ਨਹੀਂ ਹੈਗੀਆਂ, ਫੈਮਿਲੀ ਕਾਰ ਨਹੀਂ ਹੈਗੀ, ਤੁਸੀਂ ਫੈਮਿਲੀ ਕਾਰ ਦੇ ਤਰ੍ਹਾਂ ਵੀ ਯੂਜ਼ ਕਰ ਸਕਦੇ ਹੋ ਹਨਾ, ਸਪੇਸ ਬਹੁਤ ਆ ਜਾਂਦੀ ਆ, ਅਤੇ ਉੱਦਾਂ ਵੀ ਸਨੋਅ 'ਚ ਵੀ ਕਿੱਦਾਂ ਮਰਜ਼ੀ ਦੱਬੀ ਫਿਰੋ ਜੀ। ਗੱਲ ਆ ਵੀ ਜੇ ਤੁਸੀਂ ਜੀਪ ਲੈਣੀ ਆ, ਚਾਹੇ ਨਵੀਂ ਲੈ ਲਓ ਚਾਹੇ ਪੁਰਾਣੀ ਲੈਣੀ, ਤੁਹਾਨੂੰ ਵੀਲ ਅਤੇ ਉਹਦਾ ਪਾਉਣੇ ਪੈਣਗੇ, ਉਹਦੇ ਬਿਨਾਂ ਸੋਹਣੀ ਨਹੀਂ ਲੱਗਦੀ ਹਨਾ, ਜਮਾਂ ਹੀ ਮਤਲਬ ਨੋਰਮਲ ਲੱਗਦੀ ਆ ਗੱਡੀ ਜਿਵੇਂ ਆਪਣੀ ਹੁੰਦੀ ਆ ਹਨਾ, ਜੀਪ ਮਤਲਬ ਵਧੀਆ ਨਹੀਂ ਲੱਗਦੀ ਇਹਨਾਂ ਦਾ ਭਾਵ ਹਨਾ। ਸੋ ਇਹ ਤਾਂ ਤੁਹਾਨੂੰ ਪਾਉਣੇ ਹੀ ਪੈਂਦੇ ਆ, ਬਾਕੀ ਆਹ ਫੀਚਰ ਨੇ ਇਹ ਜੇ ਲੈ ਲਓਗੇ ਤੁਸੀਂ ਵੈਲ ਐਂਡ ਗੁੱਡ ਆ, ਕਿਉਂਕਿ ਇਹ ਫੀਚਰ ਤੁਹਾਨੂੰ ਗਾਹਣਾ ਜਾ ਕੇ ਕਦੇ ਜੋ ਇੰਨਾ ਬੰਦੇ ਪੈਸੇ ਵੀ ਲਾਉਣੇ ਹਨਾ, ਫਿਰ ਪਛਤਾਵਾ ਜਾਣਾ ਹੋਵੇ ਵੀ ਆਹ ਕਾਮਨ ਫੀਚਰ ਤਾਂ ਹੋਣੇ ਚਾਹੀਦੇ ਆ ਹਨਾ, ਬਟ ਇਹਦੇ ਤੁਹਾਨੂੰ ਐਕਸਟਰਾ ਪੈਸੇ ਦੇਣੇ ਪੈਂਦੇ ਆ ਹਨਾ, ਜਿੱਦਾਂ ਲੈਦਰ ਸੀਟਸ ਹੋ ਗਈਆਂ, ਲੇਡੀ ਲਾਈਟਸ, ਇਹ ਚੀਜ਼ਾਂ ਨੇ। ਸੋ ਬਾਕੀ ਹੁਣ ਗੱਲ ਕਰਦੇ ਆਪਾਂ ਇਹਦੀ ਇੰਸ਼ੋਰੈਂਸ ਦੀ, ਤਾਂ ਜੇ ਜੀਪਾਂ ਦੀ ਆਪਾਂ ਇੰਸ਼ੋਰੈਂਸ ਦੇਖੀਏ ਤਾਂ ਦੂਜੀਆਂ ਗੱਡੀਆਂ ਨਾਲੋਂ ਬਹੁਤ ਵਧੀਆ ਹੈਗੀ ਹਨਾ, ਜੀਪਾਂ ਦੀ ਇੰਸ਼ੋਰੈਂਸ ਘੱਟ ਆ ਗਈ। ਮੇਰੀ ਜਿਵੇਂ ਇਹਦੀ ਆਉਂਦੀ ਹੈਗੀ $250 ਹਨਾ,
ਤੇ ਤੁਹਾਡਾ ਇਹ ਲਾਇਸੈਂਸ ਹੋਰ ਪੁਰਾਣਾ ਗਾ ਐਕਸਪੀਰੀਅੰਸ ਇੱਥੇ ਜ਼ਿਆਦਾ ਕਾਫੀ ਟਾਈਮ ਹੋ ਗਿਆ ਏਜ ਵੀ ਜਿਵੇਂ ਥੋੜ੍ਹੀ ਜ਼ਿਆਦਾ ਹੋਰ ਕਾਫੀ ਚੀਜ਼ਾਂ ਮੈਟਰ ਕਰਦੀਆਂ ਨਾ ਤਾਂ ਤੁਹਾਡੀ 200 ਵੀ ਰਹਿ ਜਾਊਗੀ 200 ਤੋਂ ਵੀ ਘੱਟ ਆ ਜਾਊਗੀ ਸੋ ਜੀਪਾਂ ਦਾ ਇੰਸ਼ੋਰੈਂਸ ਬਹੁਤ ਵਧੀਆ ਹੈਗਾ ਨਾ ਬਾਕੀ ਏਰੀਏ 'ਤੇ ਵੀ ਡਿਪੈਂਡ ਕਰਦਾ ਸੋ ਇਹ ਸੀਗਾ ਜੀ ਜੇ ਤੂੰ ਹੋਰ ਮੰਨ ਕੇ ਚੱਲੋ ਤੁਸੀਂ ਵੀ $1,000 ਕਿਸ਼ਤ 'ਤੇ 250 ਇੰਸ਼ੋਰੈਂਸ ਅਤੇ ਤੁਹਾਨੂੰ 1500 ਤੋਂ 2000 'ਚ ਪੈ ਜਾਂਦੀ ਹੈ ਜੀਪ ਜੇ ਲੈਣੀ ਆ ਹੈ ਨਾ ਸੋ ਸਟੂਡੈਂਟ ਟਾਈਮ 'ਤੇ ਤਾਂ ਇੰਨਾ ਖਰਚਾ ਅਫੋਰਡ ਕਰਨਾ ਔਖਾ ਹੀ ਆ ਹੈ ਨਾ ਸੋ ਮਸਟੈਂਗ ਦੀ ਤਾਂ ਚਲੋ ਤੁਹਾਨੂੰ ਮਹੀਨੇ ਦੀ ਬਣੂਗੀ 700 ਮਸਾਂ ਹੈ ਨਾ ਮਤਲਬ ਬਾਈ ਵੀਕਲੀ 250-300 ਬਣ ਜਾਣੀ ਆ ਬਟ ਇਹਦੀ ਬਹੁਤ 500 'ਤੇ ਚੱਲ ਜਾਂਦੀ ਆ 1500 ਤੋਂ 2000 ਦਾ ਖਰਚਾ ਬੰਦੇ ਦਾ ਬਣ ਜਾਂਦਾ ਮਹੀਨੇ ਦਾ ਜੇ ਕਿਸੇ ਨੇ ਜੀਪ ਲੈਣੀ ਆ ਹੈ ਨਾ ਰੈਂਗਲਰ ਸੋ ਇਹ ਸੀਗਾ ਜੀ ਜੀਪ 'ਤੇ ਵਲੋਗ ਵੀ ਕਿੰਨੀ ਕੁ ਇਹਦੀ ਕਿਸ਼ਤ ਵਗੈਰਾ ਪੇਮੈਂਟ ਵਗੈਰਾ ਪੈਂਦੀ ਆ ਹੈ ਨਾ ਅਤੇ ਬਾਕੀ ਜੀਪ ਦਾ ਹੁਣ ਫਾਇਦਾ ਉਹ ਚਲੋ ਡਰਾਈਵ ਪੱਖੋਂ ਉਹ ਤਾਂ ਅੱਡ ਰਹਿ ਗਿਆ ਹੈ ਨਾ ਬਟ ਜੀਪਾਂ ਦਾ ਜੇ ਤੁਸੀਂ ਜੀਪ ਲੈਣਾ ਤਾਂ ਇਹਦਾ ਇਹ ਫਾਇਦਾ ਵੀ ਇਹ ਆਪਦੀ ਵੈਲਿਊ ਬਹੁਤ ਹੋਲਡ ਕਰਦੀਆਂ ਨੇ ਅੱਜ ਤੁਸੀਂ 50,000 ਦੀ ਲਈ ਆ ਹੈ ਨਾ 60,000 ਦੀ ਜਿੰਨੇ ਦੀ ਵੀ ਜੇ ਤੁਸੀਂ ਸਾਲ ਬਾਅਦ ਵੇਚਣੀ ਆ ਤਾਂ ਤੁਹਾਨੂੰ ਐਂ ਨਹੀਂ ਹੈਗਾ ਵੀ ਇਹਦਾ ਮੁੱਲ ਅੱਧਾ ਰਹਿ ਜੂਗਾ ਜੇ ਤੁਸੀਂ ਮਸਟੈਂਗ ਲੈਂਦੇ ਹੋ 40 ਦੀ 50 ਦੀ ਲੈ ਲਈ ਸਾਲ 2 ਸਾਲ ਬਾਅਦ ਵੇਚਣੀ ਆ ਤਾਂ ਉਹ 30-25 ਦੀ ਆ ਜਾਂਦੀਆਂ ਨੇ ਹੈ ਨਾ ਸੋ ਮਸਟੈਂਗ ਹੋਰ ਗੱਡੀਆਂ ਦਾ ਮੁੱਲ ਬਹੁਤ ਘੱਟ ਜਾਂਦਾ ਪਰ ਜੀਪਾਂ ਦੀ ਵੈਲਿਊ ਉੱਥੇ ਹੀ ਹੋਲਡ ਰਹਿੰਦੀ ਆ ਸੋ ਜੇ ਤੁਸੀਂ ਮੰਨ ਲਓ 2020 ਜਾਂ 21 ਵੇਚਣੀਆਂ ਸਾਲ 2 ਸਾਲ ਨੂੰ 19 ਦੀ ਹੀ 50-45 ਦੀ ਆਰਾਮ ਨਾਲ ਤੁਹਾਡੀ ਵੇਚ ਜਾਣੀ ਜੇ 50 ਦੀ ਲਈ ਆ 45 ਦੀ 40 ਦੀ ਇੱਦੋਂ ਥੱਲੇ ਨਹੀਂ ਆਉਂਦੀ ਹੈ ਨਾ 17-17-16-16 ਮਾਡਲ ਵੀ ਅੱਜ ਜੇ ਤੁਸੀਂ ਲੈਣੀਆਂ ਹੈ ਨਾ ਤਾਂ $40,000-40,000 ਦੀਆਂ ਨੇ $40,000-50,000 ਦੀਆਂ ਸੋ ਜੀਪ ਦੀ ਵੈਲਿਊ ਬਾਹਲੀ ਥੱਲੇ ਨਹੀਂ ਜਾਂਦੀ ਹੈ ਨਾ ਸਦਾਬਹਾਰ ਵਾਲੀ ਚੀਜ਼ ਆ ਸੋ ਇਹਦਾ ਕਰਕੇ ਜੀਪ ਜੇ ਤੁਸੀਂ ਲੈਣੀ ਆ ਇੱਕ ਦੂਜਾ ਫੈਮਿਲੀ ਕਾਰ ਲੈਣੀ ਹੈ ਨਾ ਤਾਂ ਫਿਊਚਰ ਦੇ ਵਿੱਚ ਜਿਵੇਂ ਤੁਸੀਂ PR ਹੋ ਜਾਂਦੇ ਹੋ ਤਾਂ ਵਧੀਆ ਆਪਸ਼ਨ ਆ ਹੈ ਨਾ ਸੋ ਬਾਕੀ ਆਪਣਾ ਆਪਣਾ ਸ਼ੌਂਕ ਹੁੰਦਾ ਆਪਾਂ ਨੂੰ ਜੀਪ ਦਾ ਸ਼ੌਂਕ ਸੀਗਾ ਇੰਡੀਆ ਲਾ ਲਓ ਉੱਥੇ ਵੀ ਅਤੇ ਇੱਥੇ ਵੀ ਸੋ ਤਾਂ ਕਰਕੇ ਆਪਾਂ ਫਿਰ ਜੀਪ ਲਈ ਆ ਸੋ ਬਾਕੀ ਹੋਰ ਵਲੋਗ ਕੀ ਫੀਚਰ ਨੇ 4x4 ਤੁਹਾਨੂੰ ਹੈ ਨਾ ਆਫ ਆਫ ਰੋਡਿੰਗ ਅਗਾਂਹ ਅੱਗੇ ਵਲੋਗ ਪਾਵਾਂਗੇ ਆਪਾਂ ਸੋ ਮਿਲਦੇ ਹਾਂ ਫਿਰ ਨੈਕਸਟ ਵੀਡੀਓ ਦੇ ਵਿੱਚ ਥੈਂਕਸ ਫੋਰ ਵਾਚਿੰਗ